ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼, ਤੁਹਾਡਾ ਆਪਣਾ ਨਿਊਜ਼ ਲਾਈਨ। ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਪਿਛਲੇ ਕੁਝ ਦਿਨਾਂ ਤੋਂ ਪ੍ਰੋਡਿਊਸਰ DXX ਦੀ ਵੀਡੀਓ ਦਾ ਮੁੱਦਾ ਕਾਫੀ ਵਾਇਰਲ ਹੋ ਰਿਹਾ ਸੀ ਤੇ ਅਖੀਰ ਪਿਛਲੇ ਦਿਨ ਹੀ ਪ੍ਰੋਡਿਊਸਰ DXX ਨੇ ਤੇ ਭਾਨਾ ਸਿੱਧੂ ਨੇ ਲਾਈਵ ਹੋ ਕੇ ਆਪਣੀ ਗਲਤੀ ਦੀ ਮਾਫ਼ੀ ਮੰਗ ਲਈ ਸੀ। ਇਸ ਤੋਂ ਬਾਅਦ ਵੀ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਪ੍ਰੋਡਿਊਸਰ DXX ਨੂੰ ਸਰਸੇਵਾਲੇ ਦਾ ਪ੍ਰੇਮੀ ਤੇ ਹੋਰ ਵੀ ਕਾਫੀ ਕੁਝ ਪੁੱਠਾ ਸਿੱਧਾ ਕਿਹਾ ਜਾ ਰਿਹਾ ਹੈ। ਇਸ ਗੱਲ ਦਾ ਜਵਾਬ ਦਿੰਦੇ ਹੋਏ ਫਿਰ ਤੋਂ ਭਾਨਾ ਸਿੱਧੂ ਨੇ ਗਲਤ ਬੋਲਣ ਵਾਲਿਆਂ ਨੂੰ ਖਰੀਆਂ ਖਰੀਆਂ ਸੁਣਾਈਆਂ। ਆਓ ਜਾਣਦੇ ਹਾਂ ਇਸ ਗੱਲ ਤੇ ਭਾਨਾ ਸਿੱਧੂ ਨੇ ਕੀ ਜਵਾਬ ਦਿੱਤਾ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦਈਏ ਕਿ ਜੇਕਰ ਤੁਸੀਂ ਇਸ ਚੈਨਲ ਦੇ ਨਵੇਂ ਹੋ ਤਾਂ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਤਰੀਨ ਅਪਡੇਟਸ ਦੇਖਣ ਲਈ ਤੁਹਾਡੇ ਆਪਣੇ ਚੈਨਲ ਨਿਊਜ਼ ਲਾਈਨ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਜ਼ਰੂਰ ਦਬਾ ਦਿਓ ਤਾਂ ਜੋ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੀ ਮੋਬਾਈਲ ਸਕਰੀਨ ਤੇ ਸਭ ਤੋਂ ਪਹਿਲਾਂ ਪਹੁੰਚ ਸਕੇ। ਇਸ ਦੇ ਨਾਲ ਹੀ ਵੀਡੀਓ ਨੂੰ ਪੂਰੀ ਜ਼ਰੂਰ ਦੇਖਣਾ। ਅਸੀਂ ਤਾਂ ਇਸ ਗੱਲੋਂ ਵੀ ਜ਼ਰਾ ਧੰਨਵਾਦ ਕਰਦੇ ਹਾਂ ਕਿ ਚਲੋ ਇਹਨਾਂ ਨੇ ਆ ਕੇ ਜਨਤਕ ਇਹ ਗੱਲ ਮੰਨੀ ਵੀ ਹਾਂ ਵੀ ਸਾਥੋਂ ਗਲਤੀਆਂ ਹੋਈਆਂ ਅੱਗੇ ਨੂੰ ਅਸੀਂ ਨਹੀਂ ਕਰਦੇ। ਬਾਕੀ ਮੈਂ ਇੱਕ ਗੱਲ ਹੋਰ ਜਿਹੜੀ ਮੈਂ ਗੱਲ ਕਲੀਅਰ ਉੱਥੇ ਹੀ ਮੈਂ ਬੋਲਿਆ ਸੀ ਮੈਂ ਜ਼ਰੂਰ ਕਰਨੀ ਚਾਹੂੰਗਾ। ਪ੍ਰੋਡਿਊਸਰ ਖੜਾ ਪਿੱਛੇ ਸਾਡੇ ਜਿਹੜਾ ਮਨ ਦੇ ਵਿੱਚ ਇਹ ਸੀਗਾ, ਸਾਨੂੰ ਇਹ ਲੱਗਦਾ ਸੀਗਾ ਵੀ ਯਾਰ ਕਿਤੇ ਇਹ ਸਾਜਿਸ਼ ਨਾ ਹੋਵੇ, ਕਿਉਂਕਿ ਇਹ ਮੁੱਦਾ ਹੋਰ ਰੰਗ ਫੜ ਗਿਆ ਸੀ। ਮੈਨੂੰ ਵੀ ਕੱਲ੍ਹ ਇੰਟੈਲੀਜੈਂਸੀ ਵਾਲਿਆਂ ਦੇ ਫੋਨ ਆਏ ਹੈ, ਰਾਮਨ ਵਾਸ ਵਾਲੇ ਤੁਹਾਡੇ ਤੁਹਾਡੇ ਕੱਲ੍ਹ ਆਏ ਹੈ ਸੀਏਡੀਆਂ ਦੇ ਵੀ ਇਹ ਪ੍ਰੇਮੀ ਨੇ ਜਾਣ ਬੁੱਝ ਕੇ ਤਾਂ ਨਹੀਂ ਗੰਦ ਪਾਇਆ ਜਾ ਰਿਹਾ ਸਮਾਜ ਦੇ ਵਿੱਚ, ਕਿਉਂਕਿ ਆਪਾਂ ਦੇਖਿਆ ਕਿ ਸਾਧ ਨੇ ਜਿਹੜਾ ਗੰਦ ਪਾਇਆ ਉਹਦੀਆਂ ਫਿਲਮਾਂ ਦੇ ਵਿੱਚ, ਉਦੋਂ ਬਾਅਦ ਉਹ ਜੇਲ੍ਹ ਚਲਿਆ ਗਿਆ। ਠੀਕ ਹੈ ਵੀ ਉਹਨੇ ਕਿਤੇ ਨਵੇਂ ਨਾ ਮੁੰਡੇ ਛੱਡਤੇ ਹੁਣ, ਸੋ ਇਹ ਪਰ ਮੰਨੇ ਆ ਇਹ ਹੁਣ ਇਹ ਗੱਲ ਪ੍ਰੋਡਿਊਸਰ ਦੱਸੂਗਾ। ਇੱਕ ਮਿੰਟ, ਇਹ ਗੱਲ ਪ੍ਰੋਡਿਊਸਰ ਦੱਸੂਗਾ ਵੀ ਇਹਨਾਂ ਦਾ ਜਿਹੜਾ ਸਰਸਿਆਂ ਨਾਲ ਕੀ ਸੰਬੰਧ ਹੈ, ਕੀ ਇਹ ਪ੍ਰੇਮੀ ਹੈਗੇ ਆ ਇਹ ਨਹੀਂ ਹੈਗੇ। ਇਹਨਾਂ ਦੇ ਪਿੰਡ ਤੋਂ ਸਾਨੂੰ ਇਹੀ ਪਤਾ ਲੱਗਿਆ ਸੀ ਵੀ ਇਹ ਪ੍ਰੇਮੀ ਹੈ। ਜਿਹੜਾ ਮਸਲਾ ਸਾਡੇ ਦਿਮਾਗ 'ਚ ਜ਼ਿਆਦਾ ਤਾਂ ਇਹ ਮਸਲੇ ਨੂੰ ਉਠਾਇਆ ਵੀ ਯਾਰ ਜਾਣ ਕੇ ਨਾ ਸਾਜਿਸ਼ ਹੋ ਰਹੀ ਹੋਵੇ। ਸੋ ਇਸ ਤੋਂ ਇਲਾਵਾ ਹੁਣ ਜਿਹੜੀ ਗੱਲਬਾਤ ਆ ਉਹ ਕਿਹੜਾ ਮੈਂ ਗੱਲ ਕਲੀਅਰ ਕਰਨਾ ਚਾਹੁੰਦਾ। ਨੰਬਰ ਇੱਕ ਜਿਹੜਾ ਬਹੁਤ ਵੱਡਾ ਮਸਲਾ ਭੁੱਖਿਆ, ਇੱਥੇ ਬਹੁਤ ਸਿੱਖ ਖੜੇ ਨੇਗੇ, ਸਾਰੇ ਨੌਜਵਾਨ ਖੜੇ ਨੇ, ਪਰਮਾਤਮਾ ਦੀ ਕਿਰਪਾ ਨਾਲ ਨਾ ਤਾਂ ਅੱਜ ਤੱਕ ਅਸੀਂ ਨਸ਼ਾ ਕੇ ਕੋਈ ਵੀ ਕਰਿਆ। ਮੈਂ ਇੱਕ ਮਿੰਟ ਕਲੀਅਰ ਹੋਣਾ ਸਾਰੀ ਇੱਕ ਮਿੰਟ ਦਾ ਬੋਲਣਾ ਗੱਲ ਤਾਂ ਸੁਣ ਲਓ ਪੂਰੀ। ਨੰਬਰ ਦੋ ਜਿਹੜੀ ਗੱਲ ਆ ਵੀ ਨੰਬਰ ਇੱਕ ਸਰਸੇ ਵਾਲੇ ਸੀ ਹੈ ਨੀ ਗੇ, ਸਰਸੇ ਵਾਲੇ ਸੀ ਹੈ ਨੀ ਗੇ, ਆਹ ਸਿੱਖ ਜਥੇਬੰਦੀਆਂ ਖੜੇ ਨੇ, ਜਪਜੀ ਸਾਹਿਬ ਦਾ ਪਾਠ 38 ਪੌੜੀ ਦਾ 2 ਸ਼ਲੋਕ ਨੇ ਕੰਡ ਕਰਕੇ ਸਰਸੇ ਵਾਲੇ ਫਿਰ ਮੈਂ ਉਹੀ ਆ ਰਿਹਾ ਫਿਰ ਉਹੀ ਤਾਂ ਗੱਲ ਕਰ ਰਿਹਾ ਭਾਈ। ਉਹਨਾਂ ਦੇ ਪ੍ਰਚਾਰਕ ਵੀ ਜਾਣਦੇ ਆ, ਇੱਕ ਮਿੰਟ ਯਾਰ ਭਾਈ ਨੇ ਬਸ ਬੋਲਦਾ ਹੈ ਭਾਈ। ਹਾਂ ਫਿਰ ਤੂੰ ਬੋਲ, ਹਾਂ ਤੂੰ ਪ੍ਰੇਮੀ ਵਾਲੀ ਗੱਲ ਦੱਸ ਸਾਫ ਸਾਰੀ ਗੱਲ। 1974 ਦੀ ਗੱਲ ਹੈ, 1974 ਦੇ ਵਿੱਚ ਸਾਹ ਸਤਨਾਮ ਜੀ ਹੁੰਦੇ ਸਨ, ਸਾਡੇ ਪਿੰਡ ਸਕੂਲ ਦੇ ਵਿੱਚ ਆਏ ਸੀ। ਮੇਰਾ ਦਾਦਾ ਜੀ ਉਦੋਂ ਇੰਨੀ ਸ਼ਰਾਬ ਜੂਆ ਖੇਡਦੇ ਹੁੰਦੇ, ਸਾਡੀ ਸਾਰੀ ਜ਼ਮੀਨ ਬੇਦਖਲ ਹੋਈ ਸੀ। ਅਸੀਂ ਉਹਨੂੰ ਦਿਹਾੜੀ ਕਰਦੇ ਹੁੰਦੇ, ਉਹ ਸਾਡੇ ਸਕੂਲ ਦੇ ਵਿੱਚ ਆਏ ਵੱਡੇ ਸੰਤ, ਅਤੇ ਮੇਰੇ ਦਾਦੇ ਨੇ 1974 ਦੇ ਵਿੱਚ ਨਾਮ ਲੈਤਾ ਅਤੇ ਮੇਰੇ ਦਾਦਾ। ਚਲੋ ਇੱਕ ਮਿੰਟ ਛੱਡ ਦੇ ਰਹੇ, ਲੰਬੀ ਨਹੀਂ ਜਾਣੀ, ਚਲੋ ਇਹ ਮਸਲਾ ਛੱਡੋ, ਇਹ ਪ੍ਰੇਮੀ ਹੈ ਨਹੀਂ ਹੈ ਇਸ ਮਸਲੇ 'ਚ ਆਪਾਂ ਨਹੀਂ ਪੈਣਾ ਚਾਹੁੰਦੇ। ਠੀਕ ਹੈ ਚਲੋ ਇਹ ਆਪਣੀ ਗਲਤੀ ਕਲੀਅਰ ਕਰ ਦਿੰਦੇ, ਨਹੀਂ ਕਲੀਅਰ ਹੋ ਗਈ ਯਾਰ। ਓ ਯਾਰ ਉਹਨੇ ਦੱਸਤਾ ਵੀ 74 'ਚ ਨਾਮ ਲਿਆ ਸੀ, ਬੰਦਾ ਨਾਮ ਲੈ ਕੇ ਛੱਡ ਵੀ ਦਿੰਦਾ। ਪਰ ਇੱਕ ਗੱਲ ਤੁਹਾਨੂੰ ਹੋਰ ਦੱਸਦਾ, ਤੁਹਾਡੇ ਪਿੰਡ ਸਾਨੂੰ ਇਹ ਵੀ ਅੱਜ ਪਤਾ ਲੱਗ, ਹੁਣ ਵੀ ਪਤਾ ਲੱਗਿਆ, ਤੁਹਾਨੂੰ ਫੋਨ ਕਰੀ ਜਾਂਦੇ ਉਹ ਕਹਿੰਦੇ ਘਰੇ ਆ ਕੇ ਚੈੱਕ ਕਰੋ ਅੱਜ ਵੀ ਪ੍ਰੇਮੀ ਹੈ। ਪੰਚਕੂਲੇ ਜਦੋਂ ਥੋੜਾ ਰੌਲਾ ਪਿਆ ਸਾਹਿਬ ਦਾ, ਨਹੀਂ ਮੈਂ ਗੱਲ ਕਿਹੜੀ ਕਰਦਾ, ਕਿਉਂਕਿ ਮਸਲਾ ਬਹੁਤ ਗੰਭੀਰ ਆ ਯਾਰ, ਇਹ ਮਸਲਾ ਹੋਰ ਰੰਗ ਲੈ ਜੂਗਾ। ਆਪਾਂ ਉਹ ਗੱਲ ਕਰਦੇ ਵੀ ਤੁਸੀਂ ਇਹ ਗੱਲ ਸਾਫ਼ ਕਰਨੀ ਬਹੁਤ ਜ਼ਰੂਰੀ ਆ, ਪਰ ਆਪਾਂ ਨੱਪ ਰਹੇ ਹਾਂ। ਠੀਕ ਆ ਯਾਰ, ਤੁਸੀਂ ਪ੍ਰੇਮੀ ਹੋ, ਤੁਸੀਂ ਨਹੀਂ, ਤੁਹਾਡਾ ਆਪਣੀ ਆਸਥਾ, ਤੁਹਾਡੀ ਆਪਣਾ ਧਰਮ ਦੇ ਵਿੱਚ ਹੈਗਾ, ਅਸੀਂ ਉਹ ਗੱਲ ਕਹਦੇ, ਅਸੀਂ ਤੁਹਾਨੂੰ ਧੱਕੇ ਨਾਲ ਨਹੀਂ ਕਿਸੇ ਦੂਜੇ ਪਾਸੇ ਤੋਰਨਾ ਚਾਹੁੰਦੇ, ਤੁਸੀਂ ਪ੍ਰੇਮੀ ਹੈਗੇ ਹੋ। ਸਾਡੇ ਘਰੇ ਮੇਰੀ ਦਾਦੀ ਦਾ ਅੰਮ੍ਰਿਤ ਛਕਿਆ ਹੋਇਆ ਯਾਰ, ਸਾਡੇ ਘਰੇ ਨਾਲ ਗੱਲ ਕਰਦੇ ਹਾਂ, ਤੇਰਾ ਵੀ ਸਹੀ ਫਰਕ ਹੈ, ਤੇਰਾ ਨਹੀਂ ਪ੍ਰੇਮੀ, ਤੂੰ ਨਹੀਂ ਪ੍ਰੇਮੀ, ਪ੍ਰੋਡਿਊਸਰ ਦੀ ਗੱਲ ਸੀ। ਸੁਣ ਲੈ ਹੁਣ ਗੱਲ, ਦੂਜੀ ਗੱਲ ਭਾਈ ਤੁਸੀਂ ਕਿਹੜਾ ਬੋਲੇਗਾ ਹੁਣ, ਜਿਹੜੀ ਦੂਸਰੀ ਗੱਲ ਹੈ ਉਹ ਜਨਤਕ ਤੌਰ 'ਤੇ ਤੂੰ ਜੋ ਵੀ ਗੱਲਾਂ ਹੈਗੀਆਂ ਤੇਰੀਆਂ ਉਹ ਕਰਨਾ। ਹਾਂ ਬਾਈ, ਇੱਕ ਨੰਬਰ ਇੱਕ ਗੱਲ, ਅਸੀਂ ਅੱਜ ਇੱਥੇ ਆ ਕੇ ਮਾਫ਼ੀ ਮੰਗ ਲਈ। ਦੂਜੀ ਗੱਲ ਹੈ ਵੀ ਕੋਈ ਵੀ ਲੱਖੇ ਜਿਹੜੇ ਜ਼ਿੰਮੇਵਾਰੀ ਦਿੱਤੇ ਵੀ ਕੋਈ ਵੀ ਬੰਦਾ ਉੱਠਦਾ ਹੈ ਸੋਸ਼ਲ ਨੈਟਵਰਕ 'ਤੇ ਉੱਠਦਾ ਵੀ ਕੋਈ ਮੁੱਦਾ ਪੜਕਾਉਂਦਾ, ਇਹਦੇ ਜ਼ਿੰਮੇਵਾਰ ਮੈਂ ਹੈ। ਇੱਕ ਇਹਦੇ ਸਾਹਮਣੇ ਸਭ ਤੋਂ ਵੱਡੀ ਸ਼ਰਤ ਰੱਖੀ ਸੀ ਵੀ ਆ ਕੇ ਸਾਨੂੰ ਕੋਈ ਵੀ ਧਮਕੀ ਆਉਂਦੀ ਆ, ਕੋਈ ਵੀ ਆਉਂਦੀ ਆ, ਉਹ ਬਾਈ ਇਹ ਜ਼ਿੰਮੇਵਾਰੀ ਲਵੇ ਵੀ। ਠੀਕ ਆ ਯਾਰ, ਖੜ ਜਾ ਯਾਰ, ਤੂੰ ਬੋਲਣਾ ਖੜ ਜਾ ਯਾਰ। ਬਾਕੀ ਤੁਸੀਂ ਆ ਰਾਮਨ ਵਾਸ ਵਾਲੇ ਖੜੇ, ਹੋਰ ਨੌਜਵਾਨ ਖੜੇ ਹੈ, ਇਸ ਤਰ੍ਹਾਂ ਦਾ ਮੇਰੀ ਵੀਰ ਤੂਲ ਨਾ ਦਿਓ ਮਸਲੇ ਨੂੰ, ਅਤੇ ਸੋਸ਼ਲ ਮੀਡੀਆ 'ਤੇ ਇਹੋ ਜਿਹੀਆਂ ਗੱਲਾਂ ਭੜਕਾਟ 'ਚ ਆ ਕੇ ਮੁੱਦੇ ਹੋਰ ਬਣ ਜਾਣ। ਦੂਜੀ ਗੱਲ ਜ਼ਿੰਮੇਵਾਰੀ ਵਾਲੀ ਹੈ ਯਾਰ, ਇਹਨਾਂ ਦੀ ਕੋਈ ਦੁਸ਼ਮਣੀ ਥੋੜ੍ਹੀ ਹੈ ਕਿਸੇ ਨੂੰ, ਜਾਂ ਮੇਰੇ ਨਾਲ ਕੋਈ ਦੁਸ਼ਮਣੀ ਆ, ਜਾਂ ਮੈਂ ਤਾਂ ਜਾਣੇ ਇਹਨਾਂ ਨੂੰ ਹੋਣਾ ਜਦੋਂ ਆ ਮਸਲਾ ਉੱਠਿਆ, ਹੈ ਨਾ। ਉਦੋਂ ਪਹਿਲਾਂ ਇਹਨਾਂ ਨੂੰ ਚਲੋ ਨੌਜਵਾਨ ਇਹ ਕਹਿੰਦੇ ਵੀ ਸਾਨੂੰ ਬਹੁਤ ਵੱਡੀ ਗਿਣਤੀ ਦੇਖਦੇ ਜੋ ਗੱਲ ਵੱਖਰੀ ਆ। ਤੀਜੀ ਗੱਲ ਇਹ ਕਹਿੰਦੇ ਆ ਵੀ ਸਾਨੂੰ ਕੋਈ ਕੱਲ੍ਹ ਨੂੰ ਧਮਕੀ ਆਉਂਦੀ ਆ, ਕੋਈ ਕਿਸੇ ਪ੍ਰਕਾਰ ਦੀ ਆਉਂਦੀ ਆ, ਤਾਂ ਮੈਨੂੰ ਜ਼ਰੂਰ ਮੇਰੇ ਨਾਲ ਸੰਪਰਕ ਕਰਨ।
ਇਹ ਵੀ ਮੈਂ ਇਹਨਾਂ ਨੂੰ ਗੱਲ ਕਹਿਣਾ ਜ਼ਿੰਮੇਵਾਰੀ ਆਹੀ ਆ ਵੀ ਆਪਾਂ ਤੁਹਾਨੂੰ ਸਾਰਿਆਂ ਨੂੰ ਸੋਸ਼ਲ ਮੀਡੀਆ ਰਾਹੀਂ ਕਹਿਤਾ ਵੀ ਭਾਈ ਇਹਨਾਂ ਨੂੰ ਕੋਈ ਫੋਨ ਨਹੀਂ ਕਰਨਾ, ਕੋਈ ਧਮਕੀ ਨਹੀਂ ਦੇਣੀ, ਕੋਈ ਫੋਟੋ ਇਸ ਤਰ੍ਹਾਂ ਦੀ ਪਾਉਣੀ, ਉਹ ਜੋੜ ਕੇ ਜੇ ਪਾਈ ਜਾਂਦੇ ਪਤਾ ਨਹੀਂ ਭਗਤੋ ਪਤਾ ਨਹੀਂ ਇਹਨਾਂ ਨੂੰ ਦਿਖਾਇਆ ਪੋਸਟਰ ਜਾਂ ਗਾਹਾਂ ਤੋਂ ਆਈ ਆ। ਚਲੋ ਇਹ ਬਣਾ ਬਣਾ ਮੇਰਾ ਵੀ ਨਾਮ ਕਿਉਂਕਿ ਯਾਰ ਦੇਖੋ ਮੇਰੀ ਗੱਲ ਯਾਰ ਯਾਰ ਖੜ ਜਾਓ ਤੁਹਾਡਾ ਮੈਂ ਮੌਕਾ ਦੇ ਦਾ। ਸੋਸ਼ਲ ਮੀਡੀਆ ਕਈ ਵਾਰੀ ਕੋਈ ਮਸਲਿਆਂ ਨੂੰ ਬਹੁਤ ਅੱਗ ਲਾ ਦਿੰਦਾ, ਕੱਲ੍ਹ ਨੂੰ ਟਿਕ ਲੈਣ ਦੋ ਟਿਕਦੀ ਆ। ਪਹਿਲਾਂ ਹੀ ਆਪਾਂ ਬਹੁਤ ਪਾਸੇ ਘਿਰੇ ਹੋਏ ਹਾਂ, ਪਹਿਲਾਂ ਪੰਜਾਬ ਬੜੀਆਂ ਸਮੱਸਿਆਵਾਂ ਨਾਲ ਘਿਰਿਆ ਹੋਇਆ, ਤੁਹਾਨੂੰ ਵੀ ਅਸੀਂ ਇਹੀ ਗੱਲ ਕਹਿੰਦੇ ਹਾਂ ਕਿ ਯਾਰ ਚੰਗਾ ਪਰੋਸ ਦਿਓ ਸਾਡੀ ਜਵਾਨੀ ਨੂੰ ਚੰਗੇ ਚੰਗਾ ਵੀ ਤੁਸੀਂ ਚੰਗਾ ਵੀ ਮੈਂ ਇਹਨਾਂ ਦਾ ਦੇਖਿਆ, ਇਹਨਾਂ ਨੇ ਜਿਹੜੀਆਂ ਪੰਜ ਚਾਰ ਵੀਡੀਓ ਬੰਦੇ ਨੇ ਦੇਖੀ ਚਾਰ ਨੇ 20 ਦਾ ਕੈਂਸਰ ਦੇ ਮਰੀਜ਼ਾਂ ਦਾ ਇਲਾਜ ਹੋਇਆ, 20 ਕੈਂਸਰ ਦੇ ਮਰੀਜ਼ਾਂ ਦਾ ਇਲਾਜ। ਸਾਡੇ ਸਟਾਰ ਨੀ ਲੱਗਣਗੇ, ਅਸੀਂ ਕੋਈ ਬਾਹਲੀ ਹੀਰੋ ਨੀ ਬਣ ਜਾਂਗੇ, ਕੋਈ ਦਬਾਅ ਨੀ, ਕੋਈ ਪ੍ਰੈਸ਼ਰ ਨਹੀਂ। ਅਸੀਂ ਸਿਰਫ ਤੇ ਸਿਰਫ ਥੋਤੋਂ ਇਹ ਗੱਲ ਮਾਫੀ ਵਾਲੀ ਤਾਂ ਕਹਾਉਣੀ ਚਾਹੁੰਦੇ ਹਾਂ ਕਿ ਸਾਡੇ ਹੋਰ ਨੌਜਵਾਨ ਉੱਠ ਕੇ ਗਲਤ ਆ ਨਾ ਫੜਨ, ਤਾਂ ਕਿ ਲੋਕਾਂ ਨੂੰ ਪਤਾ ਲੱਗ ਜੇ। ਨੰਬਰ ਇੱਕ ਗੱਲ ਮੈਂ ਹੁਣ ਇੱਕ ਮਿੰਟ ਬੋਲ ਰਿਹਾ, ਪੰਜ ਦੋ ਮਿੰਟ ਬੋਲ ਕੇ ਸਾਰੀ ਗੱਲ ਕਲੀਅਰ ਕਰ ਦੂੰਗਾ। ਨੰਬਰ ਇੱਕ ਤਾਂ ਮੈਂ ਕੋਈ ਗਲਤ ਵੀਡੀਓ ਦੇ ਵਿੱਚ ਆਇਆ ਨੀਗਾ, ਮੇਰਾ ਚਲੋ ਮੇਰਾ ਭਰਾ ਹੈ, ਮੈਂ ਇਹਦੇ ਖਾਤਰ ਮੈਂ ਜਾਣ ਵੀ ਦੇ ਸਕਦਾ, ਠੀਕ ਹੈ, ਮੇਰਾ ਭਰਾ ਹੈ, ਮੈਂ ਕੋਈ ਗਲਤ ਵੀਡੀਓ ਵਿੱਚ ਨਹੀਂ ਆਇਆ। ਜੇ ਸਾਡੇ ਤੋਂ ਗਲਤ ਵੀਡੀਓ ਬਣੀਆਂ ਨੇ ਜਿਨ੍ਹਾਂ ਨੇ ਠੇਸ ਪਹੁੰਚੀ ਹੈ ਜਿਹਦੇ ਕਰਕੇ ਸਾਨੂੰ, ਅਸੀਂ ਉਹ ਤੋਂ ਮਾਫ਼ੀ ਮੰਗਦੇ ਹਾਂ, ਪਰ ਸਾਡੇ ਬੁਰੇ ਜਿਹਨਾਂ ਨੂੰ ਲੱਗਦਾ ਵੀ ਅਸੀਂ ਬੁਰੇ ਕੰਮ ਰਾਮਣ ਬਾਸ ਦੇ ਜਿਨ੍ਹਾਂ ਬੰਦਿਆਂ ਨੂੰ ਸਾਡੇ ਕਹਿਣ ਦੇ ਦਿਲਾਂ ਨੂੰ ਠੇਸ ਪਹੁੰਚੇ ਸੀ ਉਹਨਾਂ ਤੋਂ ਮਾਫ਼ੀ ਪਹੁੰਚੀ ਵੀ ਕਿਹੜੀ ਗੱਲ ਤੋਂ ਪਹੁੰਚੀ ਇੱਕ ਗੱਲ ਫਿਰ ਹੁਣ ਬਾਈ ਹੁਣ ਦੋ ਬੰਦਿਆਂ ਦੇ ਤੁਸੀਂ ਨਾਂ ਲੈ ਰਹੇ ਸੀ ਰਾਮਣ ਕੋਈ ਸਾਡੇ ਵੱਲੋਂ ਪੋਸਟ ਨੀ ਪਾਉਂਦੇ ਇਹਨਾਂ ਦੇ ਖਿਲਾਫ, ਕੋਈ ਕਮੈਂਟ ਨੀ ਕਰਦੇ, ਪਰ ਲਾਈਵ ਚ ਸਾਡੇ ਪਿੰਡ ਦਾ ਰਾਮਣਵਾਦ ਨੀ ਲੈਂਦਾ, ਕਹਿੰਦੇ ਜਿਹੜੀ ਹਰ ਇੱਕ ਵੀਡੀਓ ਵਿੱਚ ਗਾਲ ਕੱਢਦੇ ਚੁੱਪ ਕਰ ਲੈਣ ਦੋ ਗੱਲ, ਚੁੱਪ ਕਰੋ ਯਾਰ।
ਮੈਂ ਕਹਿਣਾ ਵੀ ਸਾਰੇ ਵੀ ਜਿੰਨੀਆਂ ਭਾਈ ਵੀਡੀਓ ਬਣੀਆਂ ਨੇਗੀਆਂ ਸੁਣ ਲਓ ਵੀਰੇ, ਜਿੰਨੀਆਂ ਵੀਡੀਓ ਬਣੀਆਂ ਨੇਗੀਆਂ ਅਸੀਂ ਇੱਦਾਂ ਦੇ ਵੀਡੀਓ ਨਹੀਂ ਬਣਾਵਾਂਗੇ, ਪੂਰੇ ਵਧੀਆ ਸਮਾਜ ਵਾਲੇ ਵੀਡੀਓ ਹੋਣਗੇ। ਮੈਂ ਕਹਿਣਾ ਵੀ ਜਿੱਦਾਂ ਸਾਡੇ ਉਹਨਾਂ ਗਲਤ ਵੀਡੀਓ ਨੂੰ ਪਿਆਰ ਕਰਦੇ, ਉਹਨਾਂ ਸਮਾਜ ਜਿਹੜੇ ਵਧੀਆ ਵੀਡੀਓ ਉਹਨਾਂ ਨੂੰ ਸਪੋਰਟ ਕਰਾਂਗੇ, ਸਪੋਰਟ ਕਰਾਂਗੇ। ਬਾਕੀ ਰਾਮਣ ਵਾਸ ਵਾਲੇ ਜਿੰਨਾ ਭਰਾਵਾਂ ਨੂੰ ਦਿਲਾਂ ਨੂੰ ਠੇਸ ਪਹੁੰਚੇ ਸੀ, ਉਹਨਾਂ ਤੋਂ ਗਲਤੀ ਮੰਗਦੇ ਆ। ਮਾਫ਼ੀ ਮੰਗਣ ਤੋਂ ਬਾਅਦ ਪ੍ਰੋਡਿਊਸਰ DX ਨੂੰ ਪੁੱਠਾ ਸਿੱਧਾ ਬੋਲਣਾ ਚਾਹੀਦਾ ਹੈ। ਤੁਹਾਨੂੰ ਇਸ ਬਾਰੇ ਕੀ ਲੱਗਦਾ ਹੈ ਇਸ ਵੀਡੀਓ ਵਿੱਚ ਆਪਣੇ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਇਸ ਦੇ ਨਾਲ ਹੀ ਵੀਡੀਓ ਨੂੰ ਲਾਈਕ ਜਾਂ ਡਿਸਲਾਈਕ ਜ਼ਰੂਰ ਕਰਨਾ। ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਤਰੀਨ ਅਪਡੇਟਸ ਦੇਖਣ ਲਈ ਤੁਹਾਡੇ ਆਪਣੇ ਚੈਨਲ ਨਿਊਜ਼ ਲਾਈਨ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ, ਜਿਸ ਨਾਲ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੀ ਮੋਬਾਈਲ ਸਕਰੀਨ 'ਤੇ ਸਭ ਤੋਂ ਪਹਿਲਾਂ ਮਿਲ ਸਕੇ। ਤੁਹਾਡਾ ਦਿਨ ਸ਼ੁਭ ਰਹੇ, ਧੰਨਵਾਦ।